ਮੈਨੂੰ ਲੱਗਦਾ ਜੇ ਇੰਨਾ ਹੀ ਬਲ ਦੀ ਲੋੜ ਹੈ ਤੇ ਬੱਸਾਂ ਦੀ ਬਾਡੀ ਵਾਲੇ ਨੂੰ ਵੀ ਲੈ ਆਓ, ਜਿਹਦੇ ਬਾਰੇ ਚੀਫ ਮਿਨਿਸਟਰ ਸਾਹਿਬ ਆਪ ਹੀ ਕਹਿੰਦੇ ਸੀ ਨਾ, ਆਹ ਤੇਰੀ ਫਾਈਲ ਹੈ, ਉਹਨੂੰ ਕਰਦੇ ਸੀ ਕੀ ਨਾ ਰਾਜੇ ਬੜਿੰਗਰੂ, ਜਿਹਨੇ 800 ਬੱਸਾਂ ਪੰਜਾਬ 'ਚੋਂ ਨਹੀਂ ਤਿਆਰ ਕਰਾਈਆਂ, ਪਹਿਲਾਂ ਬੱਸਾਂ 'ਚ ਤੇਲ ਪਵਾਇਆ, ਬੱਸਾਂ ਪੰਜਾਬ 'ਚੋਂ ਖਰੀਦੀਆਂ, ਤੇਲ ਪਵਾਇਆ, ਰਾਜਸਥਾਨ ਭੇਜੀਆਂ, ਉੱਥੋਂ ਬਾਡੀ ਲਵਾਈ ਅਤੇ ਵਾਪਸ ਲਿਆਈ, ਅਤੇ ਸਾਰਾ ਟੈਕਸ ਦਾ ਲੋਸ, ਤੇਲ ਦਾ ਲੋਸ ਔਰ ਬਾਡੀ ਬਣਾਉਣ ਵਾਲੇ ਦਾ ਕਾਰੋਬਾਰ ਦਾ ਲੋਸ ਪੰਜਾਬ ਨੂੰ ਹੋਇਆ। ਉਹਨੂੰ ਅਗਲੀ ਵਾਰੀ ਉਹਨੂੰ ਲਿਆਉਣਗੇ, ਇੱਕ ਮਿੰਟ ਰੋਕੀ, ਅਗਲੀ ਵਾਰੀ ਉਹਨੂੰ ਲਿਆਉਣਗੇ ਅਤੇ ਫਿਰ ਕਰਕੇ ਕਿ ਦੇਖੋ ਜੀ ਕਿੰਨਾ ਬਲ ਮਿਲ ਰਿਹਾ, ਬਲ ਤਾਂ ਆਪ ਹੀ ਮਿਲ ਜਾਣਾ ਜਦ ਇਹੋ ਜਿਹੇ ਸਾਰੇ ਤੁਹਾਡੇ ਨਾਲ ਰਲ। ਅੱਜ ਮੈਂ ਪੁੱਛਣਾ ਚਾਹੁੰਦਾ, ਕਾਂਗਰਸੀਆਂ ਨੂੰ ਤੁਹਾਡਾ ਗੱਠਜੋੜ ਤਾਂ ਹੋਇਆ ਹੀ ਆ ਲੱਗਦਾ, ਕਿਉਂਕਿ ਜਿਹੜਾ ਤਾਂ ਨਹੀਂ ਮੰਨਦਾ ਸੀ ਉਹਦਾ ਤਾਂ ਇਹ ਕਹਿ ਦਿੰਦਾ ਵਿਧਾਨ ਸਭਾ 'ਚ ਆ ਰਹੀ ਫਾਈਲ, ਆ ਰਹੀ ਫਾਈਲ। ਇੱਕ ਤਾਂ ਪ੍ਰਧਾਨ ਸਾਹਿਬ ਦੀ ਵਿਖਾਉਂਦਾ, ਉਹ ਮੁੜ ਕੇ ਬੋਲਦਾ ਹੀ ਨਹੀਂ ਵਿਚਾਰਾ, ਉਹਨੂੰ ਨਾ ਕਿਤੇ ਹਾਰਟ ਦੀ ਕੋਈ ਪ੍ਰੋਬਲਮ ਆ ਜਾਵੇ, ਮੈਨੂੰ ਤਾਂ ਉਹਦਾ ਡਰ ਰਹਿੰਦਾ। ਨਿੱਕੇ ਨਿਆਣੇ ਨੇ ਜ਼ਿੰਮੇਵਾਰੀ ਵੱਡੀ ਹੈ, ਕਾਂਗਰਸ ਪਾਰਟੀ ਦੀ ਕਰਪਸ਼ਨ 'ਚੋਂ ਕੱਢਣਾ, ਦੇਸ਼ 'ਚੋਂ ਬਚਾਉਣਾ, ਵੱਡੀ ਜ਼ਿੰਮੇਵਾਰੀ ਹੈ ਉਸ ਪ੍ਰਧਾਨ 'ਤੇ। ਉਹ ਫਾਈਲ ਪਤਾ ਨਹੀਂ ਕੀ ਕਰਦਾ, ਮੈਨੂੰ ਲੱਗਦਾ ਜਿਵੇਂ ਚੱਬਿਆਂ ਨੂੰ ਵਿਖਾਉਂਦਾ ਸੀ ਨਾ, ਮੁੜ ਕੇ ਆਹੀ ਸੰਗਲ ਅਤੇ ਆਹ ਤਾਲਾ ਕਿਤੇ ਬੜਿੰਗ ਸਾਹਿਬ ਦੇ ਨਾ ਪੈ ਜਾਵੇ, ਮੈਨੂੰ ਤਾਂ ਇਸ ਗੱਲ ਦਾ ਡਰ ਰਹਿੰਦਾ। ਔਰ ਦੂਜਾ ਉਹ ਕਿਹੜਾ ਸੁੱਖੀ ਰੰਧਾਵਾ, ਉਹਨੂੰ ਉਹਦੇ ਸਹੁਰਿਆਂ ਦਾ ਹੀ ਦੱਸੀ ਜਾਂਦਾ, ਉਹਦੇ ਜਿਹੜਾ ਆਪਣਾ ਅਬੁਲ ਖੁਰਾਣਾ, ਅਬੁਲ ਖੁਰਾਣਾ ਕਹਿੰਦਾ, ਅਬੁਲ ਖੁਰਾਣਾ, ਅਬੁਲ ਖੁਰਾਣਾ, ਉਹ ਇੰਨੀ ਚੀ ਤਿੱਤਰ। ਮੈਂ ਤਾਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ, ਬਾਜਵਾ ਸਾਹਿਬ ਦੀ ਤਾਂ ਪਜਾਮੀ 'ਚ ਉਹਦੀ ਨਿਗਾਹ ਪੈ ਜਾਂਦੀ ਹੈ। ਉਹ ਬਾਬਾ ਉਹ ਜਿਹੜਾ ਸਪੀਕਰ ਬਿਠਾਇਆ ਤੁਸੀਂ, ਉਹ ਵੀ ਜਿਹੜੇ ਕੱਪੜੇ ਪਾਉਂਦਾ ਉਹ ਪਜਾਮੀ ਵਾਲੇ ਪਾਉਂਦਾ, ਉਹਦੀ ਕਿਉਂ ਨਹੀਂ, ਉਹਦੇ ਨੁਕਸ ਕਿਉਂ ਨਹੀਂ ਲੱਭਦਾ? ਦੱਸੋ ਕੋਈ, ਇਹ ਚੀਫ ਮਿਨਿਸਟਰ ਦਾ ਕੰਮ, ਇਹਦਾ ਨਿਆਣਾ ਫਿਲਮ ਸਟਾਰ ਬਣਨਾ ਚਾਹੁੰਦਾ ਸੀ, ਇਹਦਾ ਐਂ ਬਣਨਾ ਚਾਹੁੰਦਾ ਸੀ, ਨਹੀਂ ਬਣਿਆ। ਜਿਹੜੇ ਅਸਲ ਮੁੱਦੇ ਆ ਪੰਜਾਬ ਦੇ, ਉਹਦੇ 'ਚ ਹਾਓ ਕਾਂਗਰਸ ਐਂਡ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਹੈ, ਜੁਆਇੰਟ ਐਕਸ਼ਨ ਚੱਲ ਰਿਹਾ, ਹਾਓ ਦੇ ਆਰ ਟੂਗੈਦਰ ਹੈਂਡ ਇਨ ਗਲਵਸ ਇਨ ਕਰਪਸ਼ਨ, ਇਸ ਮੁੱਦਿਆਂ 'ਤੇ ਦੇਰ ਇਜ਼ ਨੋ ਡਿਸਕਸ਼ਨ। ਇਹ ਫਾਈਲ ਰੱਖਦਾ ਨਾ ਚੀਫ ਮਿਨਿਸਟਰ ਐਂਡ ਐਕਸ਼ਨ ਲੈਂਦਾ, ਅਤੇ ਪੰਜਾਬ ਦੇ ਲੋਕ ਕਹਿੰਦੇ ਕਿ ਵਾਹ ਵਾਕੇ ਵਾਹ ਕਮਾਲ ਕੰਮ ਕੀਤਾ। ਜਿਹੜੀ ਇੱਕ ਵੀਡੀਓ ਤੁਸੀਂ ਸੁਣੀ ਸੀ ਵਿਜੇ ਸਿੰਗਲੇ ਦੀ, ਉਹ ਤਾਂ ਅੱਜ ਤੱਕ ਨਾ ਸੁਣਾਈ ਕਿਸੇ ਨੂੰ, ਵੀਡੀਓ ਦਾ ਕੀ ਸੁਣਾਉਣੀ ਸੀ? ਤੁਸੀਂ ਸੁਣ ਕੇ ਹਾਈ ਲੋ ਜਿੱਥੇ ਕੋਰਟ 'ਚ ਕੇਸ ਚੱਲਦਾ ਸੀ ਉੱਥੇ ਜਾ ਕੇ ਮੁੱਖ ਗਵਾਹ ਦੇ ਰੂਪ 'ਚ ਉਹਦੇ ਖਿਲਾਫ਼ ਗਵਾਹੀ ਦਿੰਦੇ, ਲੋਕਾਂ ਨੇ ਤਾਂ ਵੀ ਕਹਿਣਾ ਸੀ ਉਹ ਸੀਰੀਅਸ ਅਬਾਊਟ ਕਰਪਸ਼ਨ। ਮਗਰ ਸਿਰਫ ਕਰਪਟ ਲੀਡਰਸ ਨੂੰ ਫੜ ਕੇ ਉਹਨਾਂ ਤੋਂ ਪੈਸੇ ਲੈਣੇ, ਇਲੈਕਸ਼ਨ ਫੰਡਿੰਗ ਕਰਾਉਣੀ ਜਿਵੇਂ ਸ਼ਰਾਬ ਘੁਟਾਲੇ 'ਚ ਕੀਤੀ ਹੈ, ਉਹ ਇਹਨਾਂ ਦਾ ਅਸਲ ਚਿਹਰਾ ਅਤੇ ਅਸਲ ਇਹਨਾਂ ਦੇ ਕੱਟਰ ਇਮਾਨਦਾਰਾਂ ਦੀ ਕੱਟਰ ਸੋਚ। ਹੁਣ ਮੈਨੂੰ ਪਹਿਲਾਂ ਤਾਂ ਸੀਗਾ ਸ਼ਾਇਦ ਛੋਲੇ ਕੁਲਚੇ ਵਾਲੀ ਕਹਾਣੀ ਇਹਦੀ ਝੂਠੀ ਹੋਣੀ, ਹੁਣ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਹ ਠੀਕ ਹੀ ਠੀਕ ਹੈ ਜੋ ਮੈਂ ਆਖਿਆ ਸੀ। ਹੈ ਤਾਂ ਇਹਦੀ ਵੀਡੀਓ ਵੀ ਮੇਰੇ ਕੋਲ, ਮਗਰ ਮੈਂ ਰਿਲੀਜ਼ ਕਰੂੰਗਾ 27 'ਚ, ਨਹੀਂ ਤਾਂ ਇਹਨੇ ਹੋਟਲ ਵਾਲਾ ਬੰਦ ਕਰਾ ਦੇਣਾ। ਮਗਰ ਮੈਂ ਟਾਈਮ ਦੱਸ ਦਿੰਦਾ, 3:05 'ਤੇ ਉੱਥੇ ਛੋਲੇ ਕੁਲਚੇ ਖਾਧੇ ਸੀ, ਮੈਂ ਟਾਈਮ ਟੂਈਮ ਵੇਖ ਆਇਆ ਸੀ, ਸਾਰਾ ਕੁਝ ਵੇਖ ਆਇਆ ਸੀ, ਹੁਣ ਵੀਡੀਓ ਨਹੀਂ ਦੇ ਸਕਦਾ, ਮਜਬੂਰੀ ਆ। ਮਗਰ ਆਹ ਛੋਲੇ ਕੁਲਚੇ ਵਾਲਾ ਕਿਸ ਤਰ੍ਹਾਂ ਝੂਠ ਬੋਲਣ ਡਿਆ ਯਾਰ, ਦੱਸੋ ਇਹ ਇਮਾਨਦਾਰ ਹੋ ਗਿਆ? ਕਹਿੰਦਾ ਇਹਦੇ ਨਾਲ ਬਲ ਮਿਲੂ, ਕਿਹਨੂੰ ਬਲ ਮਿਲੂ? ਕਿ ਚੋਰਾਂ ਨੂੰ, ਕਿ ਤੁਹਾਨੂੰ ਠੱਗੀ ਠੋਰੀ ਮਾਰਨ ਦਾ ਮਤਲਬ ਕਿ ਬੰਦਾ ਹੋਰ ਮਿਲ ਗਿਆ ਪਾਰਟੀ ਫੰਡ ਦੇਣ ਵਾਸਤੇ?